अंदरों पर है बैल बंदी बैल Thank you.
ਤੋਂ ਪਿਆਰਾ ਹੋਇਆ ਦੁਸ਼ਮਣ ਜਾਣਦਾ ਸਵਰ ਦੀ ਜੀਲ ਹੁੰਦੀ ਹੈ ਸੱਚਿਆ ਵੇ ਦਿਲ ਸੱਚਿਆ ਵੇ ਦਿਲ ਸੀਟ ਮਿਲ ਗਈ। ਇਹ ਮੁੰਡੇ ਨੇ ਬਹੁਤ ਸੇਵਾ ਕੀਤੀ ਹੈ, ਬੜਾ ਪਿਆਰਾ ਹੈ, ਪਰੌਂਠਿਆਂ ਦੀ ਵੀ ਔਫਰ ਕੀਤੀ ਹੈ। ਮੈਂ ਕਿਹਾ ਹੁਣ 40 ਸਾਲ ਹੋ ਗਏ ਖਾਂਦੇ ਨੂੰ, ਹੁਣ ਪਰੌਂਠੇ ਕਰੂ ਖਾਣੇ, ਅਸੀਂ ਪਾਸਤਾ ਖਾ ਲਈਏ। ਆਹ ਰੰਗ ਵੀ ਸੋਹਣਾ, ਗੋਰਿਆਂ ਦਾ ਚਿੱਟਾ ਜਿਹਾ ਹੁੰਦਾ ਪਾਸਤਾ। ਮਜਬੂਨ ਸੋਹਣਿਆ
ਕਿਸੇ ਲਈ ਪਾਇਆ ਤੈਨੂੰ ਹੱਥ ਮੱਥ ਮੈਨੂੰ ਕਿਸੇ ਲਈ ਪਾਇਆ ਤੈਨੂੰ ਹੱਥ ਮੈਨੂੰ ਸਾਡੇ ਪਿੰਡ ਹੈ ਟੈਲੀਫੋਨ ਸੋਨੇ ਰੂਹਾਂ ਦੇ ਮਿਲਾਪ ਦਾ ਵਰਾਗ ਛਿੜਿਆ ਇਸ਼ਕ ਮਜਾ ਜੀ ਨਾ ਮਜਬੂਤ ਸੋਨੇ ਇਸ ਦੇ ਪਾਇਆ ਤੈਨੂੰ ਹੱਥ ਮੈਨੂੰ ਦਰੀਆਂ ਮੈਂ ਰੱਖੀਆਂ ਰੇਸ਼ਮੀ ਵਿਛਾਉਣੇ ਨਾਲ ਦੋ ਦੋ ਕਾਮਨਾ ਪੱਕਾ ਦੇਊਗੀ ਕੱਚਿਆਂ ਚ ਅਜੇ ਹੈ ਸਕੂਨ ਸੋਹਣੇ ਸਾਨੂੰ ਨਹੀਂ ਚਾਹੀਦੀ ਤਰੱਕੀ ਮੈਨੂੰ ਮਿਲੇ ਸਾਫ ਹਵਾ ਸਾਫ ਪਾਣੀ ਮੈਨੂੰ ਕਦ ਤੱਕ ਆ ਗਿਆ ਏ ਹੱਥ ਵੇਖ ਲੈ ਹੁਣ ਮੈਨੂੰ ਚਾਹੀਦਾ ਏ ਹਾਣੀ ਮਾਨ ਬਣ ਕੇ ਫੂਕਦਾ ਹੈ ਕਾਤੋਂ ਮੇਰਾ ਖੂਨ ਸੋਹਣੇ ਹੈ
ਕੇ ਦਰਵਾਜ਼ੇ ਤੇ ਤੂੰ ਬਹਿ ਕੇ ਦਰਵਾਜ਼ੇ ਤੇ ਤੇਰੀ ਰੀਤ ਨੂੰ ਤਰਸਾਵੇ ਦਾ ਬੂਟਾ ਮੈਂ ਪੀਂਗਾ ਪਾ ਰਹੀਆਂ ਜੇ ਮੈਨੂੰ ਦੇ ਦੇ ਝੂਟਾ ਕਰਦੀ ਹੋਵੇਗੀ ਤੂੰ ਵੀ ਉੱਠਦੀ ਕਦ ਸਾਹਾਂ ਵਿੱਚ ਕੋਈ ਵਸ ਗਿਆ ਡਸ ਗਿਆ ਕਦ ਇਸ ਦਿਲ ਦਾ ਦੁਨੀਆ ਦੇ ਨਾਲ ਤਕਰਾਰ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਦ ਪਿਆਰ ਹੋ ਗਿਆ ਮੈਨੂੰ ਪਤਾ ਨਹੀਂ ਆਬਾਦ ਹੋਏ ਜੰਗਲ ਵੇਲੇ ਪਤਾ ਹੀ ਨਹੀਂ ਲੱਗਦਾ ਕਦ ਪਿਆਰ ਹੋ ਜਾਂਦਾ ਇਹ ਖੂਨ ਵੀ ਪੀਂਦਾ ਵਾਸ ਵੀ ਖਾਂਦਾ
ਛੋਟੇ ਵੀਰ ਬਹਿ ਜਾ ਹੁਣ ਬਹੁਤ ਹੋ ਗਿਆ ਬਹਿ ਜਾ ਪਲੀਜ਼ ਇੱਦਾਂ ਖਰਾਬ ਨਾ ਕਰ ਪਲੀਜ਼ ਇਟਸ ਮਾਈ ਹੰਬਲ ਰਿਕੁਐਸਟ ਨਾ ਨਾ ਪਰਨਾ ਤੈਨੂੰ ਦੇ ਦੇਣੇ ਵਾਪਸ ਚਾਹੀਦਾ ਐ ਨਾ ਕਰ ਯਾਰ ਡੋਂਟ ਡੂ ਡਰਾਮਾ ਪਲੀਜ਼ ਆ ਜਾ ਜਾ ਕੁਰਸੀ ਤੇ ਤੇ ਸੀਟ ਮਿਲੀ ਯਾਰ ਬਹੁਤ ਸੋਹਣੀ ਹੈ ਸਾਡੇ ਤਾਂ ਕੁਰਸੀ ਪਿੱਛੇ ਵਾਲ ਕਟਾਈ ਹੋ ਜਾਂਦੇ ਤੈਨੂੰ ਕੁਰਸੀ ਮਿਲੀ ਮਹਿੰਦਾ ਨਹੀਂ ਯਾਰ ਤੂੰ ਬਹਿ ਜਾ ਸ਼ਬਦ ਇੱਦਾਂ ਸੈਂਟਰ ਆਫ ਅਟਰੈਕਸ਼ਨ ਤੂੰ ਬਣਨਾ ਤੈਨੂੰ ਵੈਸੇ ਹੀ ਖੜਾ ਕੇ ਕਹਿ ਦੇਣਾ ਵੀ ਇਹ ਮੁੰਡੇ ਦਾ ਫਲਾਣਾ ਨਾਂ ਤੇ ਫਲਾਣਾ ਪਿੰਡ ਹੈ ਤੇ ਨੰਬਰਦਾਰ ਦਾ ਮੁੰਡਾ ਹੈ ਸਰਪੰਚੀ ਚ ਖੜ ਗਿਆ ਚੱਲ ਬਹਿ ਜਾ ਹੁਣ ਤੇ ਮੈਨੂੰ ਚਾਹੁੰਦਾ ਤਾਂ ਬਹਿ ਜਾ ਬਹਿ ਜਾ ਬਹਿ ਜਾ ਕਦ ਦਿਲ ਦੀਵਾਨਾ ਹੋ ਗਿਆ ਨਜ਼ਰਾਂ ਦਾ ਨਿਸ਼ਾਨਾ ਹੋ ਗਿਆ ਦਿਲ ਦੀਵਾਨਾ ਹੋ ਗਿਆ ਨਜ਼ਰਾਂ ਦਾ ਨਿਸ਼ਾਨਾ ਹੋ ਗਿਆ ਜਿਉਣੇ ਦਾ ਬਹਾਨਾ ਹੋ ਗਿਆ ਕਦ ਬੱਚਿਆਂ ਵਾਂਗ ਪਾ ਕੱਪੜੇ ਦਿਲ ਤੇ ਆ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਦ ਪਿਆਰ ਹੋ ਗਿਆ ਕਦ ਪਿਆਰ ਹੋ ਗਿਆ ਹੋਰ ਸੁਣਨ ਵਾਲਾ ਸੁਣਨਾ ਚੱਲ ਵਾਹ 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 ਚੱਲ 96 ਛੋਟੇ ਵੀਰ ਤੂੰ ਨਾ ਜਦੋਂ ਨੱਚਦਾ ਤੇ ਬਾਕੀ ਇੱਦਾਂ ਕਰ ਰਿਹਾ ਜਾਂ ਤਾਂ ਉੱਪਰ ਚੜ੍ਹ ਜਾ ਉਹਨਾਂ ਮੁੰਡਿਆਂ ਕੋਲੇ ਪਿੱਛੇ ਪਿੱਛੇ ਹਾਂ ਹਾਂ ਵਾਹ ਜੋ ਵਾਹ ਸ਼ਾਬਾਸ਼ ਵਾਹ 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 ਚੱਲ ਛੋਟੇ ਭਾਈ ਜੇ ਨੱਚਣਾ ਤਾਂ ਉੱਤੇ ਚੜ੍ਹ ਜਾਓ ਇਹ ਬਾਕੀ ਬੀਬੀਆਂ ਵੀ ਬੈਠੀਆਂ ਸੋ ਪਲੀਜ਼ ਸਭ ਅਤੇ ਪਿੱਛੇ ਵਗ ਜਾਓ ਵੀਰ ਬਣ ਥੈਂਕ ਯੂ ਥੈਂਕ ਯੂ ਵਾਹ 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 ਚੱਲ ਕਰੇ ਉਤੋਂ ਉਤੋਂ ਨਾ ਡਿੱਗ ਤੂੰ ਪਾਣੀ ਅੰਦਰੋਂ ਯਕੀਨ ਕੁੜੀਏ
ਸਾਰੇ ਹੁੰਦੇ ਹਾਂ ਆਪਣਾ ਝਣਕਦੇ ਆ ਜਿੱਥੇ ਯੋਗਾ ਤੂੰ ਕਰਦੀ ਅੱਗੇ ਉਸ ਜੀਵ ਦੇਵੇ ਮਰ ਮੈਂ ਅੱਗੇ ਮੁਰਗੇ ਖਾਈ ਜਾਂਦੇ ਆ ਚਾਲ ਪੈਗ ਲਾ ਲੈਂਦੇ ਆ ਤੈਨੂੰ ਬੋਰ ਹੋਣ ਨੀ ਦੇਣਾ ਬੜਾ ਐਂਟਰਟੇਨਰ ਇਸ਼ਕੇ ਦਾ ਰੋਗ ਕੁੜੇ ਆਪੇ ਹੋ ਜਾਏਗੀ ਲੀਨ ਕੁੜੀਏ ਵਾਹ ਵਾਹ ਮੁੰਡਾ ਸਿਰੇ ਦਾ ਸੁਣਨ ਬਲੀਏ ਛੋਟੇ ਭਾਈ ਬਹਿ ਜਾਓ ਵੀਰ ਬਣ ਕੇ ਇੱਦਾਂ ਸਮਝ ਕੇ ਨੱਚਣਾ ਵੀ ਆਪਣੀ ਫੈਮਿਲੀ ਬੈਠੀ ਹੈ ਪਲੀਜ਼ ਉਸਤਾਦ ਜੀ ਬਹਿ ਜਾਓ ਉਸਤਾਦ ਜੀ ਬਹਿ ਜਾਓ ਲੈ ਜਾਣਾ ਇਹਨਾਂ ਨੇ ਚੱਕ ਕੇ ਫਿਰ ਫਾਇਦਾ ਕੀ ਹੈ ਫਿਰ ਇਹਨਾਂ ਕਰ ਬਹਿ ਜਾਓ ਕਿਉਂਕਿ ਜਦੋਂ ਕੋਈ ਬੰਦਾ ਸ਼ਰਾਫਤ ਨਾ ਹਟਾਵੇ ਫਿਰ ਉਹਦਾ ਨਜਾਇਜ਼ ਫਾਇਦਾ ਨਹੀਂ ਠਹਿਰਦਾ ਬਹਿ ਜਾ ਦੋ ਪੈਕ ਤੇਰੇ ਲੱਗੇ ਪਤਾ ਨਹੀਂ ਬਹਿ ਜਾ ਗੋ 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 ਖੜੀ ਨੂੰ ਮਰ ਜਾ ਗੁੱਟ ਤੇ ਫਾਈਨ ਬਿਠਾ ਲਓ ਚੱਲ 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 ਉਹ ਡਰਾਮੇ ਜਿਹਾ ਕਰ ਬਹਿ ਜਾ ਬਹਿ ਜਾ ਸਾਡਾ ਤਾਂ ਸ਼ਰਾਬੀਆਂ ਨਾਲੇ ਬਹਿ ਜਾ ਬਹਿ ਜਾ ਲਾ ਸਾ ਬਹਿ ਜਾ ਬਹਿ ਜਾ ਕੁਰਸੀ 'ਤੇ ਵੀ ਨੱਚ ਹੋ ਜਾਂਦਾ ਤੂੰ ਜ਼ਰੂਰੀ ਥੋੜ੍ਹੀ ਆ ਮੂਹਰੇ ਆ ਕੇ ਨੱਚਣਾ ਐਦਾਂ ਨਹੀਂ ਕਿਸੇ ਕੁੜੀ ਨੇ ਇੰਪ੍ਰੈਸ ਹੋਣਾ ਔਰ ਪੰਜਾਬੀ ਕੁੜੀ ਸ਼ਰਾਬੀ ਕੋਲ ਤਾਂ ਵੈਸੇ ਇੰਪ੍ਰੈਸ ਨਹੀਂ ਹੁੰਦੀ ਉਹ ਕਹਿੰਦੀ ਪਹਿਲਾਂ ਲੈ ਚਿਆ ਕਾ ਫਿਰ ਗੱਲ ਕਰੀ ਲੈ ਜਾ ਯਾਰ ਇਹਨੂੰ ਲੈ ਜਾ ਬਹੁਤ ਡਰਾਮਾ ਗੋ 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 ਚੱਲ ਆ ਨਾ ਲੜਦੇ ਆ ਪਿੜਦੇ ਆ ਨਾ ਸੜਦੇ ਆ ਤੇ ਨਾ ਚਿੜਦੇ ਆ ਪੇਸ਼ੇ ਤੋਂ ਵਕੀਲ ਸੋਹਣੀਏ ਵਿੱਚ ਕਚਹਿਰੀ ਡੇਰਾ ਪੇਸ਼ੇ ਤੋਂ ਵਕੀਲ ਸੋਹਣੀਏ ਵਿੱਚ ਕਚਹਿਰੀ ਡੇਰਾ ਨੀ ਤੋਂ ਟੈਨਸ਼ਨ ਪੇਸ਼ੇ ਤੋਂ ਵਕੀਲ ਸੋਹਣੀਏ ਵਿੱਚ
सूट महंगा इंग्लैंड मंगवाया फॉर्मल जूता आकमड़िए न्यूजीलैंड तो ले आया
ਸੁਣਾਊਂਗਾ ਮੋੜ ਅਜੇ ਆਇਆ ਨਹੀਂ ਤਾਂ ਸੜਕ ਤੇ ਮੈਂ ਜਦ ਮੋੜ ਆ ਗਿਆ ਮੈਂ ਗਾਹ ਪਾ ਦੇਣਾ
ਦੇਖੀਗਾ। ਮੇਰਾ ਵੀ ਮਨ ਕਰਦਾ ਉਹ ਸੱਜਣ ਲਈ ਗਾਵਾਂ ਜਿਹੜਾ ਕਿਸੇ ਨੇ ਨਾ ਦੇਖਿਆ ਨਾ ਜਿਹਨੂੰ ਮੈਂ ਮਿਲਿਆ, ਬਸ ਦੂਰੋਂ ਵੇਖਿਆ ਸੀ ਕੋਈ। ਸੰਗੀਤ ਕੀ ਹੁੰਦਾ, ਮਾਡਰਨ ਸੰਗੀਤ ਅਤੇ ਸੰਗੀਤ 'ਚ ਕੀ ਫਰਕ ਹੈ, ਪੜ੍ਹਿਆ ਕਰੋ ਅਤੇ ਲਿਖਿਆ ਕਰੋ। ਮਾਡਰਨ ਸੰਗੀਤ ਕੀ ਹੈ ਕਿ ਜਿਹਦੇ 'ਚ ਇੱਕ ਬੀਟ ਚੱਲ ਕੇ ਉਹਦੇ 'ਤੇ ਗਾਣਾ ਬਣਾ ਦਿੱਤਾ ਜਾਂਦਾ, ਕਿਉਂਕਿ ਸੰਗੀਤਕ ਕਲਾ ਨਹੀਂ ਹੁੰਦੀ, ਪੀਸ ਨਹੀਂ ਬਣਦਾ, ਮਿਊਜ਼ਿਕ ਦੀ ਬੈਕਗਰਾਊਂਡ ਨਹੀਂ ਬਣਦੀ, ਹਾਰਮੋਨੀ ਨਹੀਂ ਬਣਦੀ, ਇਸ ਕਰਕੇ ਉਹਨੂੰ ਮਾਡਰਨ ਮਿਊਜ਼ਿਕ ਦਾ ਨਾਂ ਦੇ ਦਿੱਤਾ ਜਾਂਦਾ, ਜਿਹਨੂੰ ਤੁਸੀਂ ਵੀ ਬਣਾ ਸਕਦੇ ਹੋ। ਕਿਸੇ ਨੂੰ ਵੀ ਸ਼ੌਕ ਹੈ ਜੇ ਮਾਡਰਨ ਮਿਊਜ਼ਿਕ ਬਣਾਉਣਾ ਤਾਂ ਐਪਲ ਦਾ ਲੈਪਟਾਪ ਲੈ ਲਿਓ, ਉਹਦੇ 'ਚ ਲੌਜਿਕ ਦਾ ਸੋਫਟਵੇਅਰ ਡਾਊਨਲੋਡ ਕਰ ਲਿਓ, ਬਣੀਆਂ ਬਣੀਆਂ ਬੀਟਸ ਮਿਲ ਜਾਣੀਆਂ ਅਤੇ ਕੋਈ ਵੀ ਸੰਗੀਤਕਾਰ ਬਣ ਸਕਦਾ। ਅਤੇ ਜਦੋਂ ਕੋਈ ਗਾਉਂਦਾ ਤਾਂ ਫਿਰ ਉਹਨੂੰ ਜਿਹੜੇ ਸਮਝਦਾਰ ਸਰੋਤੇ ਆ ਸਵਾਲ ਕਰਦੇ ਆ ਵੀ ਗੱਲ ਨਹੀਂ ਬਣੀ। ਸੋ ਜਿੱਦਾਂ ਆਪਾਂ ਪੁਰਾਣੇ ਜ਼ਮਾਨੇ 'ਚ ਗਾਣੇ ਸੁਣਦੇ ਸੀ ਆਪਾਂ ਨੂੰ ਮਿਊਜ਼ਿਕ ਵੀ ਯਾਦ ਹੁੰਦਾ ਸੀ, ਇਹੀ ਸੰਗੀਤ ਦੀ ਕਲਾ, ਇਹਨੂੰ ਇਹ ਸੰਗੀਤਕਾਰੀ ਕਹਿੰਦੇ ਆ। ਕਿਹੜਾ ਗਾਣਾ ਹੈ? ਛੋਟੇ ਵੀਰ ਬੇਨਤੀ ਹੈ, ਪ੍ਰਬੰਧਕਾਂ ਨੇ ਬੰਦ ਕਰਾ ਦੇਣਾ। ਦੇਖੋ ਆਹ ਮੁੰਡੇ ਕਿੰਨਾ ਸੋਹਣਾ ਬੈਠੇ ਆ, ਅਤੇ ਜਿਹੜਾ ਆਪਣੀ ਕੁਰਸੀ 'ਤੇ ਬੈਠਾ ਉੱਥੇ ਨੱਚਦਾ। ਇਹ ਵੈਸੇ ਸਾਨੂੰ ਆਦਤ ਹੈ, ਮੈਂ ਵੀ ਤੁਹਾਡੇ ਵਰਗਾ ਹੀ ਵੈਸੇ ਤਾਂ। ਜਦੋਂ ਵਿਆਹ ਹੁੰਦਾ ਧਰਮਸ਼ਾਲਾ 'ਚੋਂ ਜੰਗ ਚੱਲਦੀ ਹੈ ਤਾਂ ਕੋਈ ਨਹੀਂ ਨੱਚਦਾ, ਜਦੋਂ ਕੁੜੀਆਂ ਬਨੇਰੇ 'ਤੇ ਹੁੰਦੀਆਂ ਉਦੋਂ ਨੱਚਦੇ ਆ। ਮੈਂ ਤੂੰ ਬਹੁਤ ਦੁਖੀ ਕਰਦਾ, ਕਿਆ ਕਰਾਂ ਫਿਰ ਤੇਰੇ ਸਕਾਫ ਨੂੰ, ਫਿਰ ਇੱਦਾਂ ਤਾਂ ਬਦਮਾਸ਼ੀ ਨੂੰ ਥੋੜ੍ਹੀ ਪਾਊਂਗਾ। ਬਹਿ ਜਾ ਫਿਰ, ਬਹਿ ਜਾ, ਜੇ ਹੁਣ ਹਿੱਲੇਗਾ ਫਿਰ ਨਹੀਂ, ਜੇ ਬਹਿ ਗਿਆ ਫਿਰ ਪਾਲੂਗਾ। ਬਹਿ ਜਾ, ਹਿੱਲੀ ਨਾ। ਕਿਹਨੂੰ ਪਿਆਰ ਕਰਦਾ, ਬਾਪੂ ਨੂੰ ਕਿ ਬੇਬੇ ਨੂੰ? ਮੈਨੂੰ, ਤੈਨੂੰ ਮੇਰੀ ਸਹੁੰ, ਫਿਰ ਬਹਿ ਜਾ ਬਸ।
ਅਦਰੀ ਇਹਦੇ ਦਾ ਸਕਾਫ ਕਿਹੜਾ ਤੇਰੇ ਵਾਲਾ ਜਾ ਆ ਤੇਰਾ ਲੈ ਅੰਦਰ ਤਾੜੀ ਮਾਰ ਇਹ ਚੜ੍ਹਦੀ ਉਮਰ ਦੇ ਆਉਂਦਾ ਰੋਜ਼ ਬਦਲਿਆ ਕਰਦੇ ਆ ਪਾਇਆ ਚਿਰਾਗ ਜੋ ਇਸ਼ਕ ਦਾ ਲਟ ਲਟ ਦੇਖ ਮਿੰਡੋ ਬਲਦਾ ਬਾਲੜੀ ਬੁਣੇ ਦੀ ਮੇਲੜੇ ਅੱਜ ਵੀ ਪੈਗਾਮ ਮੁੰਡਾ ਕਹਿੰਦਾ ਵਾਹ 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 ਜਾ